ਤਾਂ ਬੰਦੀ ਸਿੰਘਾਂ ਦੀ ਰਿਹਾਈ ਮੰਗ ਇੱਕ ਵਾਰ ਫਿਰ ਜ਼ੋਰ ਦੇ ਨਾਲ ਉੱਠੀ ਆ, ਰੋਸ ਮਾਰਚ ਕੱਢਿਆ ਜਾ ਰਿਹਾ। ਜਥੇਦਾਰ ਕੁਲਵਿੰਦਰ ਸਿੰਘ ਗੱਲਬਾਤ ਕਰਦੇ, ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਰੋਸ ਮਾਰਚ ਕੱਢ ਰਹੇ ਹੋ, ਕਿਸ ਤਰ੍ਹਾਂ ਦੀ ਰੂਪ ਰੇਖਾ ਰਹਿਣ ਵਾਲੀ ਹੈ ਨਿਹੰਗ ਸਿੰਘ ਜਥੇਬੰਦੀਆਂ ਦੀ ਇਸ ਰੋਸ ਮਾਰਚ ਦੇ ਵਿੱਚ? ਦੇਖੋ ਸਾਰਿਆਂ ਨੂੰ ਪਤਾ ਕਿ ਜਿਹੜਾ ਕੌਮੀ ਇਨਸਾਫ਼ ਮੋਰਚਾ ਤਕਰੀਬਨ 2 ਸਾਲ ਤੋਂ ਚੱਲਦਾ ਆ ਰਿਹਾ ਤੇ ਬੜੀ ਚੜ੍ਹਦੀ ਕਲਾ ਜੀ ਤੁਸੀਂ ਅੱਜ ਵੇਖਦੇ ਖਾਲਸੇ ਦਾ ਜਹੋ ਜਲਾਲ। ਇਸ ਮੋਰਚੇ ਦੀਆਂ ਪ੍ਰਾਪਤੀਆਂ ਵੀ ਬੜੀਆਂ ਹੋਈ, ਆਪਾਂ ਨੂੰ ਪਤਾ ਹੈ 4 ਬੰਦੀ ਸਿੰਘ ਰਾਤ ਭਾਈ ਗੁਰਮੀਤ ਸਿੰਘ ਜੀ ਇੰਜੀਨੀਅਰ ਦੀ ਜ਼ਮਾਨਤ ਰੱਦ ਹੋ ਗਈ ਹੈ ਤੇ ਇਸ ਕਰਕੇ ਆਪਾਂ ਸਾਰੇ ਵੱਧ ਚੜ ਕੇ ਕੌਮੀ ਇਨਸਾਫ਼ ਮੋਰਚੇ ਦਾ ਜੇ ਆਪਾਂ ਸੰਯੋਗ ਕਰਾਂਗੇ, ਜਿਹੜੇ ਸਾਡੇ ਬੰਦੀ ਸਿੰਘ 30-30 ਸਾਲ 32-32 ਸਾਲ ਦੀ ਆ ਸੰਜਾਵਾ ਪੂਰੀ ਹੋ ਚੁੱਕੀ ਹੈ, ਉਹਨਾਂ ਦੇ ਹੱਕ 'ਚ ਅੱਜ ਬੜਾ ਵੱਡਾ ਰੋਸ ਮਾਰਚ ਕੱਢਿਆ ਜਾ ਰਿਹਾ ਬੜੇ ਜਹੋ ਜਲਾਲ ਨਾਲ। ਕਿਉਂਕਿ ਦੇਖੋ ਜਿਹੜੀ ਆਜ਼ਾਦੀ ਦੀ ਗੱਲ ਕਰਦੇ ਆਪਾਂ, ਹੈ ਨਾ, ਸਾਨੂੰ ਆਜ਼ਾਦੀ ਮਿਲੀ ਕਦੋਂ? ਜੇ ਸੰਨ 47 ਦੀ ਲਾਵੇ, ਸੰਨ 47 'ਚ ਹਿੰਦੁਸਤਾਨ ਨਹੀਂ ਸੀ ਵੰਡਿਆ ਗਿਆ ਸੀ, ਸਿਰਫ ਪੰਜਾਬ, ਕੱਲਾ ਪੰਜਾਬ ਵੰਡਿਆ ਗਿਆ। ਤੁਸੀਂ ਆਪ ਸੋਚ ਸਕਦੇ ਸਾਨੂੰ ਕਿਹੜੀ ਆਜ਼ਾਦੀ ਸੀ? 10 ਲੱਖ ਬੰਦਾ ਮਰਵਾ ਕੇ ਆਏ ਸੀ, ਜੇ ਮਰਿਆ 10 ਲੱਖ ਪੰਜਾਬੀ ਮਰਿਆ ਸਾਡਾ। ਇਸ ਕਰਕੇ ਸਾਨੂੰ ਇੰਨੀ ਖੁਸ਼ੀ ਦੀ ਲੋੜ ਨਹੀਂ ਵੀ ਸਾਨੂੰ ਇਹ 15 ਅਗਸਤ ਨੂੰ ਆਜ਼ਾਦੀ ਨਹੀਂ, ਇਹ ਸਾਨੂੰ ਇੱਕ ਗੁਲਾਮੀ ਦਾ ਅਹਿਸਾਸ ਕਰਾਇਆ ਜਾਂਦਾ। ਦੇਖੋ ਸਾਰਿਆਂ ਨੂੰ ਛੱਡਿਆ ਜਾ ਰਿਹਾ, ਸਰਸੇ ਵਾਲਾ ਲਾ ਲਓ, ਹੋਰ ਇੱਕ ਬੰਦੀ ਸਿੰਘ 32-32 ਸਾਲ ਦੀ ਸਜ਼ਾਵਾ। ਤੁਸੀਂ ਦੇਖੋ ਇੱਕ ਕੋਈ ਕਤਲ ਕਰਦਾ ਉਹਨੂੰ 14 ਸਾਲ ਦੀ ਸਜ਼ਾ, 10 ਸਾਲ ਦੀ, 12 ਸਾਲ ਦੀ। ਦੱਸੋ ਕਿਹੜਾ ਕਾਨੂੰਨ ਸੰਵਿਧਾਨ ਕਹਿੰਦਾ ਹੈ ਵੀ ਬੰਦੀ ਸਿੰਘ ਬਾਹਰ ਕੱਢੋ? ਸੰਵਿਧਾਨ ਕਹਿੰਦਾ ਹੈ, ਦੇਸ਼ ਲੀਡਰਾਂ ਨਾਲ ਨਹੀਂ ਚੱਲਦਾ, ਦੇਸ਼ ਸੰਵਿਧਾਨ ਨਾਲ ਚੱਲਦਾ। ਇਸ ਕਰਕੇ ਬੰਦੀ ਸਿੰਘਾਂ ਦੀ ਜਦੋਂ ਸਜ਼ਾਵਾਂ ਪੂਰੀਆਂ ਹੋ ਗਈਆਂ, ਉਹਨਾਂ ਨੂੰ ਸਰਕਾਰਾਂ ਨੂੰ ਬਾਹਰ ਕੱਢਣ ਦੀ ਲੋੜ ਹੈ, ਕੱਢਣਾ ਚਾਹੀਦਾ। ਪਰ ਸਭ ਤੋਂ ਵੱਧ ਕੁਰਬਾਨੀ ਸਿੱਖ ਕੌਮ ਦੀ ਰਹੀ ਆ ਆਜ਼ਾਦੀ ਦੇ ਵਿੱਚ, ਪਰ ਸਭ ਤੋਂ ਵੱਧ ਵਿਕਤਰਾ ਵੀ ਕਹਿੰਦੇ ਘੱਟ ਗਿਣਤੀਆਂ ਦੇ ਨਾਲ ਹੋ ਰਿਹਾ, ਚਾਹੇ ਮੁਸਲਿਮ ਭਾਈਚਾਰਾ ਹੋਵੇ ਜਾਂ ਫਿਰ ਸਿੱਖ ਭਾਈਚਾਰਾ ਹੋਵੇ। ਦੇਖੋ 92% ਕੁਰਬਾਨੀਆਂ ਸਾਡੀਆਂ, 92% ਆਜ਼ਾਦੀ ਦੀ ਲਾ ਲਓ, ਹੋਰ ਹਰ ਇੱਕ ਚੀਜ਼ ਲਾ ਲਓ ਤੁਸੀਂ, ਹੈ ਨਾ, ਫਿਰ ਵੀ ਸਾਨੂੰ ਗੁਲਾਮੀ ਦਾ ਕਰਾਇਆ ਜਾ ਰਿਹਾ। ਇਸ ਕਰਕੇ ਆਪਾਂ ਨੂੰ ਸਾਰਿਆਂ ਨੂੰ ਤਗੜੇ ਹੋ ਕੇ ਅੱਜ ਇੱਥੇ ਕਿਸਾਨ ਜਥੇਬੰਦੀਆਂ ਪਹੁੰਚੀਆਂ ਨੇ, ਪੰਜਾਬ ਦਾ ਵਧੀਆ ਯੂਥ, ਕਿਉਂਕਿ ਇਹ ਮੋਰਚਾ ਜਿਹੜਾ ਜਾਗਦੇ ਜ਼ਮੀਰਾਂ ਵਾਲਿਆਂ ਦਾ ਹੈ, ਨਾ ਕਿ ਅਸੀਂ ਘਰਾਂ 'ਚ ਮਹਿ ਕੇ ਜਿੰਨੇ ਮਰਜ਼ੀ ਕਮੈਂਟ ਕਰ ਲਈਏ, ਇੱਥੋਂ ਦੇ ਚਿੱਟੇ ਕੱਪੜੇ ਵਾਲਿਆਂ ਬਾਬਿਆਂ ਨੂੰ ਪੂਜੀ ਜਾਈਏ, ਮਹਾਂਪੁਰਖਾਂ ਨੂੰ ਪੂਜੀ ਜਾਈਏ, ਜੇ ਆਪਾਂ ਤਗੜੇ ਹੋ ਕੇ ਪੰਥ ਦੀ ਗੱਲ ਕਰਾਂਗੇ, ਕੌਮ ਦੀ ਗੱਲ ਕਰਾਂਗੇ, ਬੰਦੀ ਸਿੰਘਾਂ ਦੀ ਗੱਲ ਕਰਾਂਗੇ, ਦੇਖੋ ਕਿੱਡਾ ਮੋਰਚਾ ਪੰਜਾਬ 'ਚ। ਸਾਡੇ ਕਈ ਨੌਜਵਾਨਾਂ ਨੇ, ਕਈ ਲੀਡਰਾਂ ਨੇ ਥਾਂ ਥਾਂ 'ਤੇ ਅੱਜ ਇਕੱਠ ਰੱਖੇ ਆ। ਦੇਖੋ ਕੌਮੀ ਇਨਸਾਫ਼ ਮੋਰਚਾ 2 ਸਾਲ ਤੋਂ ਚੱਲਦਾ ਆ ਰਿਹਾ, 2.5 ਸਾਲ ਤੋਂ, ਅੱਜ ਸਾਰੀ ਸੰਗਤ ਨੂੰ ਇੱਥੇ ਪਹੁੰਚਣ ਦੀ ਲੋੜ ਸੀ ਇਸ ਮੋਰਚੇ ਦੇ, ਕਿਉਂਕਿ ਬੰਦੀ ਸਿੰਘਾਂ ਦੀ ਗੱਲ ਆਉਂਦੀ। ਹੁਣ ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਮੰਨਦੇ ਆ, ਗੁਰੂ ਗ੍ਰੰਥ ਸਾਹਿਬ ਦਾ ਇਨਸਾਫ਼ ਆਪਾਂ ਨੂੰ ਤਾਂ ਮਿਲ ਸਕਦਾ ਹੈ ਤੇ ਜੇ ਆਪਾਂ ਇਸ ਮੋਰਚੇ ਨੂੰ ਤਕੜੇ ਕਰਾਂਗੇ। ਅੱਜ ਦੇਖੋ ਸਰਕਾਰਾਂ ਸਭ ਭੱਜੀਆਂ ਫਿਰਦੀਆਂ, ਚੰਡੀਗੜ੍ਹ ਨੇ ਵੀ ਰਾਹ ਖੋਲਤਾ, ਨਾਲੇ 16 ਸਿਪਾਹੀ ਨੇ ਖੋਲਿਆ, ਪ੍ਰਸ਼ਾਸਨ ਨੇ ਮੀਟਿੰਗ ਕੀਤੀ ਚੰਡੀਗੜ੍ਹ ਵਾਲੇ ਨੇ, ਪੰਜਾਬ ਵਾਲੇ ਨੇ ਕੀਤੀ, ਕਿਉਂਕਿ ਜੇ ਆਪਾਂ ਕੌਮ ਲਈ ਚੰਗੇ ਕੰਮ ਕਰਾਂਗੇ, ਕੌਮ ਇਕੱਠੀ ਹੋਏਗੀ, ਸਾਰੇ ਮਸਲੇ ਹੱਲ ਹੁੰਦੇ ਆ। ਲਾਗੀਆਂ ਫੌਜਾਂ 'ਚ ਘੋੜਸਵਾਰੀ ਵੀ ਨਾਲ ਲੈ ਕਰਨਗੀਆਂ ਇਸੇ ਦੌਰਾਨ ਮਾਰਚ ਦੇ ਵਿੱਚ? ਦੇਖੋ ਘੋੜਿਆਂ ਦਾ ਸੀ, ਬਾਰਿਸ਼ ਆ ਗਈ ਤੇ ਪਹਿਲੋਂ ਜਿਹੜਾ ਪਲਾਨ ਸੀ ਉਹ ਸਾਰਾ ਬਦਲਣਾ ਪਿਆ ਸਾਨੂੰ, ਕਿਉਂਕਿ ਬਾਰਿਸ਼ ਕਰਕੇ ਫਿਰ ਘੋੜੇ ਦੀ ਕੰਡਾ ਗਿੱਲੀਆਂ ਹੋ ਜਾਂਦੀ ਹੈ, ਉਹਦੇ ਨਾਲ ਫਿਰ ਲਾਗੇ ਲੱਗ ਜਾਂਦੇ, ਕਾਠ ਲੱਕ ਛਿੱਲੇ ਜਾਂਦੇ, ਹੈ ਨਾ, ਉਹ ਫਿਰ ਸਾਲ 2-2 ਸਾਲ ਠੀਕ ਨਹੀਂ ਹੁੰਦੇ। ਇਸ ਕਰਕੇ ਜਿਹੜਾ ਬੜੀ ਚੜ੍ਹਦੀ ਗਲਾ, ਕੋਈ ਨਹੀਂ, ਘੋੜੇ ਤੇ ਆਪਣੇ ਜਦੋਂ ਮਰਜ਼ੀ ਕੱਸ ਲਓ, ਜਦੋਂ ਲੋੜ ਪਈ ਘੋੜੇ ਕੱਸਣ ਵਾਸਤੇ ਰੱਖੇ ਆ। ਜਿੰਨਾ ਚਿਰ ਪ੍ਰਸ਼ਾਸਨ ਆਪਣੇ ਨਾਲ ਪਿਆਰ ਨਾਲ ਚੱਲਦਾ ਆ ਰਿਹਾ, 16 ਸਿਪਾਹੀ ਨਾਲ ਚੱਲਦਾ ਆ ਰਿਹਾ, ਉਹਨਾਂ ਚਿਰ ਬੜੀ ਚੜ੍ਹਦੀ ਗਲਾ 'ਚ ਆਪਾਂ ਵੀ ਸਾਰਿਆਂ ਦਾ ਸਤਿਕਾਰ ਕਰੋ,
ਕਿਉਂਕਿ ਸੰਵਿਧਾਨ ਦੇ ਨਾਲ ਚੱਲਣਾ ਪੈਣਾ ਆਪਾਂ ਨੂੰ, ਹਨਾ, ਦੇਸ਼ ਸੰਵਿਧਾਨ ਨਾਲ ਚੱਲਦਾ। ਇਸ ਕਰਕੇ ਆਪਾਂ ਬੰਦੀ ਸਿੰਘਾਂ ਦੀ ਗੱਲ ਕਰਨੀ ਆ, ਬੇਅਦਬੀਆਂ ਦਾ ਇਨਸਾਫ ਲੈਣਾ ਤੇ ਸਰਕਾਰਾਂ ਨੂੰ ਸਿੱਧੇ ਹੱਕ ਦੇਣਾ ਚਾਹੀਦਾ। ਅੱਗੋ ਦੇਖੋ ਸਾਡੀ ਪੰਜਾਬ ਸਰਕਾਰ ਇਹ ਸਰਕਾਰ ਨਸ਼ੇ ਕਰਕੇ ਤੇ ਬੰਦੀ ਸਿੰਘਾਂ ਕਰਕੇ ਆਈ ਸੀ। ਕੇਜਰੀਵਾਲ ਸਾਹਿਬ ਵੀ ਕਹਿੰਦੇ ਸੀ, ਭਗਵੰਤ ਮਾਨ ਸਾਹਿਬ ਵੀ, ਸਭ ਤੋਂ ਪਹਿਲਾਂ ਤੁਹਾਨੂੰ ਬੰਦੀ ਸਿੰਘਾਂ ਦੀ ਗੱਲ ਕਰਾਂਗੇ, ਪੰਜਾਬ 'ਚ ਨਸ਼ੇ ਮੁਕਤ ਕਰਾਂਗੇ, ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀਆਂ ਦੇ ਕਾਨੂੰਨ ਬਣਾਵਾਂਗੇ। ਪਰ ਹਜੇ ਤੱਕ ਜਿਹੜਾ ਕੋਈ ਨਹੀਂ ਬਣਿਆ, ਤੁਸੀਂ ਆਪ ਦੇਖਦੇ ਕੋਈ ਨਹੀਂ ਬਣਿਆ। ਇਸ ਕਰਕੇ ਸਰਕਾਰਾਂ ਨੂੰ ਇਹ ਚੇਤਾਵਨੀ ਹੈ ਵੀ ਤੁਹਾਡੇ ਵੀ 2 ਸਾਲ ਰਹਿ ਗਏ, ਤਕੜੇ ਹੋ ਗਏ, ਆਪਾਂ ਬੰਦੀ ਸਿੰਘਾਂ ਦੀ ਗੱਲ ਕਰੀਏ ਤੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀਆਂ ਦੇ ਇਨਸਾਫ ਲਈਏ ਤੇ ਵਧੀਆ ਕਾਨੂੰਨ ਬਣਾਈਏ, ਘੱਟੋ ਘੱਟ 10 ਸਾਲ ਕੈਦ ਹੋਵੇ ਜਿਹੜਾ ਕੋਈ ਬੇਅਦਬੀ ਕਰੇ। ਬਹੁਤ ਬਹੁਤ ਧੰਨਵਾਦ। ਜਥੇਦਾਰ ਕੁਲਵਿੰਦਰ ਸਿੰਘ ਸਾਡੇ ਨਾਲ ਸੀ ਤਾਂ ਵੱਡਾ ਕਾਫਲਾ ਨਿੰਗ ਸਿੰਘਾਂ ਦਾ ਇਸ ਸਮੇਂ ਰੋਸ ਮਾਰਚ ਦੇ ਵਿੱਚ ਇੱਥੇ ਸ਼ਮੂਲੀਅਤ ਕਰੇਗਾ, ਕਿਉਂਕਿ ਇਹ ਸਿੰਘ ਵੀ ਜਿਹੜੇ ਲਗਾਤਾਰ ਇਸ ਮਾਰਚ ਦੇ ਵਿੱਚ ਡਟੇ ਹੋਏ ਨੇ, ਮੋਰਚੇ ਦੇ ਵਿੱਚ ਇਹਨਾਂ ਨੇ ਇੱਥੇ ਹੀ ਆਪਣੀ ਸੌਣੀ ਬਣਾਈ ਹੋਈ ਆ। ਜਿਹੇ ਦੇ ਵਿੱਚ ਵੱਡਾ ਰੋਸ ਮਾਰਚ ਨਿਕਲੇਗਾ ਤਾਂ ਮੰਗ ਇਹੀ ਆ ਕਿ ਬੰਦੀ ਸਿੰਘਾਂ ਨੂੰ ਜਲਦ ਤੋਂ ਜਲਦ ਰਿਹਾਅ ਕੀਤਾ ਜਾਵੇ। ਸਾਥੀ ਮੱਖਣ ਸਿੰਘ ਦੇ ਨਾਲ ਕੁਲਦੀਪ ਸਿੰਘ ਕੋੜੇ, ਰੋਜ਼ਾਨਾ ਸਪੋਕਸਮੈਨ ਟੀਵੀ, ਮੋਹਾਲੀ।